IBS ਰਿਕਾਰਡਸ ਦਾ ਧਾਰਮਿਕ ਉਪਰਾਲਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ ਵਿੱਚ ਇਸ ਗੱਲ ਦਾ ਵਾਰ ਵਾਰ ਜ਼ਿਕਰ ਕੀਤਾ। ਔਰੰਗਜ਼ੇਬ ਨੂੰ ਕਹਿਣ ਲੱਗੇ, ਬਾਦਸ਼ਾਹ ਠੀਕ ਹੈ, ਤੇਰੇ ਕੋਲ ਬੜਾ ਕੁਛ ਹੈ, ਦੁਨਿਆਵੀ ਤੌਰ 'ਤੇ ਵੇਖੀਏ ਤੇਰੇ ਕੋਲ ਫੌਜਾਂ ਨੇ, ਤੇਰੇ ਕੋਲ ਕਿਲੇ ਨੇ, ਮਹਿਲ ਨੇ, ਤੇਰੇ ਕੋਲ ਧਨ ਦੌਲਤ ਹੈ, ਕਿਸੇ ਚੀਜ਼ ਦੀ ਬਾਹਰੀ ਤੌਰ 'ਤੇ ਦੁਨਿਆਵੀ ਤੌਰ 'ਤੇ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਇੰਨਾ ਕੁਝ ਲੈ ਕੇ, ਇੰਨਾ ਕੁਝ ਵਰਤ ਕੇ, ਇੰਨਾ ਤੂੰ ਧਨ ਖਰਚਿਆ ਅਨੰਦਪੁਰ ਸਾਹਿਬ ਨੂੰ ਘੇਰੇ ਪਾਉਣ 'ਤੇ, ਇੰਨੀਆਂ ਫੌਜਾਂ ਦਾ ਖਰਚਾ ਚੁੱਕਿਆ ਝੱਲਿਆ, ਇੰਨੀ ਤੂੰ ਤਾਕਤ ਲਾਈ, ਇੰਨਾ ਤੂੰ ਜ਼ੋਰ ਲਾਇਆ, ਪਰ ਤੈਨੂੰ ਇੱਕ ਗੱਲ ਦਾ ਚੇਤਾ ਭੁੱਲ ਗਿਆ, ਤੂੰ ਕੁਤਾਹੀ ਪਤਾ ਕਿੱਥੇ ਕੀਤੀ, ਤੇਰੀ ਹਾਰ ਪਤਾ ਕਿਉਂ ਹੋਈ, ਤੂੰ ਆਪਣੇ ਮਕਸਦ ਵਿੱਚ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਨਾ, ਤੂੰ ਆਪਣੇ ਮਕਸਦ ਦੇ ਵਿੱਚ ਸਫਲ ਪਤਾ ਕਿਉਂ ਨਹੀਂ ਹੋਇਆ, ਤੈਨੂੰ ਇੱਕ ਗੱਲ ਦਾ ਖਿਆਲ ਨਹੀਂ ਆਇਆ। ਉਹ ਇੱਕ ਗੱਲ ਕੀ ਸੀ ਜਿੱਥੋਂ ਤੂੰ ਖਤਾ ਖਾਧੀ? ਉਹ ਸੀ ਜਿਹਦੇ ਸਿਰ 'ਤੇ ਅਕਾਲ ਪੁਰਖ ਖਲੋਤਾ ਹੋਵੇ ਨਾ, ਕੁੱਲ ਕਾਇਨਾਤ ਦਾ ਮਾਲਕ ਜਿਹਦੇ ਸਿਰ 'ਤੇ ਖਲੋਤਾ ਹੋਵੇ, ਉਹਦਾ ਕੋਈ ਕੁਝ ਵੀ ਲੱਖਾਂ ਯਤਨ ਕਰ ਲਏ, ਕੋਈ ਕੁਝ ਵੀ ਵਿਗਾੜ ਨਹੀਂ ਸਕਦਾ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਪੜ੍ਹਦੇ ਹਾਂ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਆਪਾਂ ਸਤਿਗੁਰੂ ਦੇ ਵਾਕ ਪੜ੍ਹਦੇ ਹਾਂ, ਭਾਈ ਜਿਹਦੇ ਨਾਲ ਜਿਹਦੇ ਸਿਰ 'ਤੇ ਸਮਰੱਥ ਗੁਰੂ ਖਲੋਤਾ ਹੋਵੇ, ਡਾਢਾ ਹੋਵੇ ਜਿਹਦੇ ਸਿਰ 'ਤੇ, ਲੱਖਾਂ ਬਾਹਾਂ ਉਹਦੇ ਵੱਲ ਨੂੰ ਆ ਜਾਣ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕਿਜੈ, ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ ਜਿਹਦੇ ਵੱਲ ਅਕਾਲ ਪੁਰਖ ਖੜਾ ਹੋਏ। ਮਹਾਰਾਜ ਨੇ ਕਿਹਾ, ਬਾਦਸ਼ਾਹ ਤੁਹਾਡੇ ਸ਼ਾਮੀ ਪੱਛਮ ਦੇ ਇਤਿਹਾਸ ਵਿੱਚ ਇੱਕ ਪੰਛੀ ਹੈ ਹੁਮਾ, ਮਨੋਤ ਹੈ ਕਹਿੰਦੇ, ਹੁਮਾ ਜਿਹਦੇ ਸਿਰ ਤੋਂ ਲੰਘ ਜੇ, ਜਿਹਦਾ ਜਿਹੜਾ ਉਹਦੇ ਹੁਮਾ ਦੇ ਪਰਛਾਵੇਂ ਥੱਲੇ ਆ ਜਾਏ ਨਾ, ਉਹ ਨਿਰਭੈ ਹੁੰਦਾ, ਬਾਦਸ਼ਾਹ ਬਣ ਜਾਂਦਾ, ਜਾਂ ਬੜਾ ਕੁਝ ਪ੍ਰਾਪਤ ਕਰ ਲੈਂਦਾ, ਉਹਦਾ ਕੋਈ ਕਹਿੰਦੇ ਕੁਝ ਵਿਗਾੜ ਨਹੀਂ ਸਕਦਾ, ਮੇਰੇ ਸਿਰ 'ਤੇ ਵੀ ਛਾਂ ਹੈ। ਕਲਗੀਧਰ ਪਾਤਸ਼ਾਹ ਜ਼ਫਰਨਾਮੇ 'ਚ ਕਹਿੰਦੇ ਨੇ, ਹੁਮਾ ਰਾਕਸੇ ਸਾਇਹ ਆਇਦ ਵਜ਼ੀਰ, ਔਰੰਗਜ਼ੇਬ ਮੇਰੇ ਸਿਰ 'ਤੇ ਵੀ ਛਾਂ ਹੈ, ਕਿਹਦੀ? ਅਕਾਲ ਪੁਰਖ ਵਾਹਿਗੁਰੂ ਦੀ, ਉਹੀ ਮੇਰੇ ਵਾਸਤੇ ਉਹ ਖੁਦਾ ਹੀ ਹੁਮਾ ਹੈ, ਅਤੇ ਜਿਹਦੇ ਸਿਰ 'ਤੇ ਅਕਾਲ ਪੁਰਖ ਦੀ ਛਾਂ ਹੋਵੇ ਨਾ, ਹੁਮਾ ਰਾ ਕਸੇ ਸਾਇਹ ਆਇਦ ਵਜ਼ੀਰ, ਬਰੋਦਸਤ ਦਾਰਦ ਨਾ ਜਾਗੇ ਦਲੇਰ, ਤੇਰੇ ਵਰਗਾ ਚਲਾਕ ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦਾ। ਕਹਿੰਦੇ ਨੇ ਜਿਹਦੇ ਸਿਰ 'ਤੇ ਹੁਮਾ ਪੰਛੀ ਦਾ ਪਰਛਾਵਾਂ ਹੋਵੇ, ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਕਲਗੀਆਂ ਵਾਲੇ ਕਹਿੰਦੇ ਨੇ, ਮੇਰੇ ਸਿਰ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਛਾਂ ਹੈ, ਤੇਰੇ ਵਰਗਾ ਕਾਂ ਦੇ ਬਾਰੇ ਵਿੱਚ ਕਹਿੰਦੇ ਨੇ, ਕਾਂ ਨੂੰ ਬਹੁਤ ਚਲਾਕ ਮੰਨਿਆ ਜਾਂਦਾ, ਵੀ ਕਾਂ ਬਹੁਤ ਚਲਾਕ। ਅਤੇ ਜੇ ਔਰੰਗਜ਼ੇਬ ਦੇ ਜੀਵਨ ਨੂੰ ਧਿਆਨ ਨਾਲ ਵੇਖੀਏ ਤਾਂ ਉਹਦਾ ਜੀਵਨ ਵੀ ਚਲਾਕੀਆਂ ਦੇ ਨਾਲ ਭਰਿਆ ਪਿਆ, ਕਈ ਕਰਮ ਚਲਾਕੀਆਂ ਨਾਲ ਕੀਤੇ, ਕਈਆਂ ਨੂੰ ਚਲਾਕੀ ਨਾਲ ਧੋਖਾ ਦਿੱਤਾ, ਕਈਆਂ ਨੂੰ ਚਲਾਕੀ ਦੇ ਨਾਲ ਮਾਰਿਆ, ਅਤੇ ਇਹ ਵੀ ਚਲਾਕੀ ਸੀ ਆਪਣੇ ਵੱਲੋਂ, ਹਾਲਾਂਕਿ ਕਲਗੀਧਰ ਨੂੰ ਕੀ ਭੁੱਲਿਆ ਸੀ, ਪਰ ਆਪਣੇ ਵੱਲੋਂ ਉਹਨੇ ਚਲਾਕੀ ਕੀਤੀ, ਆਨੰਦਗੜ੍ਹ ਖਾਲੀ ਕਰਵਾ ਲਈ ਅਨੰਦਪੁਰ ਸਾਹਿਬ ਨੂੰ, ਫਿਰ ਹਮਲਾ ਕਰ ਦਿਆਂਗੇ, ਖਤਮ ਕਰ ਦਿਆਂਗੇ। ਕਲਗੀਆਂ ਵਾਲੇ ਕਹਿੰਦੇ ਨੇ, ਬਾਦਸ਼ਾਹ ਤੇਰੇ ਵਰਗਾ ਚਲਾਕ ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦਾ, ਜਿਹਦੇ ਸਿਰ 'ਤੇ ਅਕਾਲ ਪੁਰਖ ਹੁਮਾ ਦਾ ਸਾਇਆ ਹੋਵੇ, ਜਿਹਦੇ ਉੱਤੇ ਉਸ ਪਾਕ ਪਰਵਰਦਗਾਰ ਦਾ ਸਾਇਆ ਹੋਵੇ। ਦੂਜਾ ਬਚਨ ਸੱਚੇ ਪਾਤਸ਼ਾਹ ਕਲਗੀਧਰ ਨੇ ਜ਼ਫਰਨਾਮੇ 'ਚ ਕਿਹਾ, ਜਿਹੜਾ ਬੱਬਰ ਸ਼ੇਰ ਦੀ ਸ਼ਰਨ ਵਿੱਚ ਹੋਵੇ ਨਾ, ਸ਼ੇਰ ਦੀ ਸ਼ਰਨ ਵਿੱਚ ਜਿਹੜਾ ਹੋਵੇ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਜਿਹੜਾ ਸ਼ੇਰੇ ਨਰ ਬੱਬਰ ਸ਼ੇਰ ਦੀ ਸ਼ਰਨ ਵਿੱਚ ਹੋਵੇ,
ਨਾ ਗੀਰਦ ਬੁਜ਼ੋ ਮੇਸ਼ਵਾਹੂ ਗੁਜ਼ਰ, ਉਹਦੇ ਨੇੜਿਓਂ ਨਹੀਂ ਗੁਜ਼ਰਦੇ। ਕੌਣ? ਬੱਕਰੀ, ਭੇਡ ਅਤੇ ਹਿਰਨ, ਤਿੰਨਾਂ ਦਾ ਜ਼ਿਕਰ ਕੀਤਾ। ਤੇਰੇ ਵਰਗੀਆਂ ਬੱਕਰੀਆਂ, ਤੇਰੇ ਵਰਗੀਆਂ ਭੇਡਾਂ, ਤੇਰੇ ਵਰਗੇ ਹਿਰਨ ਉਸ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਸ਼ੇਰ ਦੀ ਸ਼ਰਨ ਦੇ ਵਿੱਚ ਆਵੇ। ਮੈਂ ਅਕਾਲ ਪੁਰਖ ਬੱਬਰ ਸ਼ੇਰ ਦੀ ਸ਼ਰਨ 'ਚ ਹਾਂ, ਉਹ ਮੇਰਾ ਸਾਰਾ ਕੁਝ ਹੀ ਹੋਵੇ, ਮੈਂ ਉਹਦੀ ਸ਼ਰਨ ਦੇ ਵਿੱਚ ਹਾਂ। ਅਤੇ ਜਿਹੜਾ ਉਹਦੀ ਸ਼ਰਨ ਵਿੱਚ ਹੋਵੇ ਨਾ, ਨਾ ਗੀਰਦ ਬੁਜ਼ੋ, ਗੀਰਦ ਤਾਂ ਨੇੜਿਓਂ ਦੀ ਵੀ, ਨਾ ਗੀਰਦ ਬੁਜ਼ੋ, ਬੁਜ਼ੋ ਕਹਿੰਦੇ ਬੱਕਰੀ ਨੂੰ, ਮੇਸ਼ੋ ਭੇਡ, ਆਹੂ ਹਿਰਨ, ਨਾ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ, ਉਹਦੇ ਨੇੜਿਓਂ ਨਹੀਂ ਭੇਡ ਬੱਕਰੀਆਂ ਅਤੇ ਹਿਰਨ ਗੁਜ਼ਰ ਸਕਦੇ ਜਿਹੜਾ ਸ਼ੇਰ ਦੀ ਸ਼ਰਨ ਵਿੱਚ ਹੋਵੇ। ਬਾਦਸ਼ਾਹ ਤੂੰ ਖਤਾ ਹੀ ਇੱਥੇ ਖਾਧੀ, ਤੂੰ ਮੈਨੂੰ ਇਕੱਲਾ ਸਮਝ ਲਿਆ। ਮੇਰੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਸੀ, ਹਰ ਸਮੇਂ ਹੁਮਾਂ ਦੇ ਸਾਏ ਵਾਂਗੂ ਮੇਰੇ ਸਿਰ 'ਤੇ ਰਿਹਾ ਉਹ। ਮੈਨੂੰ ਹਰ ਸਮੇਂ ਇੱਦਾਂ ਮਹਿਸੂਸ ਹੋਇਆ ਮੈਂ ਉਹਦੀ ਸ਼ਰਨ ਦੇ ਵਿੱਚ ਹਾਂ, ਮੇਰਾ ਇੱਕ ਇੱਕ ਪਲ ਉਹਦੀ ਸ਼ਰਨ 'ਚ ਗੁਜ਼ਰਿਆ। ਤੇਰੀਆਂ ਲੱਖਾਂ ਫੌਜਾਂ, ਤੇਰਾ ਲੱਖਾਂ ਦਾ ਖਰਚ ਗੁਰੂ ਗੋਬਿੰਦ ਸਿੰਘ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਜਿਹਦੇ ਸਿਰ 'ਤੇ ਅਕਾਲ ਪੁਰਖ ਵਾਹਿਗੁਰੂ ਖੜ੍ਹਾ ਹੋਵੇ, ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ।